ਜਿਹਦੇ ਅਸੀਂ ਬਾਰੇ ਗੱਲ ਸੁਣਦੇ ਹਾਂ, ਇਤਿਹਾਸ ਪੜ੍ਹਦੇ ਆ ਕਿ ਪੰਜਾਬ ਏਦਾਂ ਦਾ ਹੁੰਦਾ ਸੀਗਾ, ਪੰਜਾਬ ਚ ਭਾਈਚਾਰਕ ਸਾਂਝ ਸੀਗੀ, ਪੰਜਾਬ ਚ ਲੰਗਰ ਦੀ ਸੇਵਾ ਸੀ, ਮਿਲਵਰ ਜਜ਼ਬਾ ਸੀ, ਉਹ ਸਭ ਕੁਛ ਤੋਂ ਆਪਣੇ ਅੱਖਾਂ ਰਹੀ ਮਿਲਦੇ ਆ। ਤੇ ਉਹ ਇੱਕ ਜਿਵੇਂ ਲੂਹ ਕੰਢੇ ਖੜੇ ਹੁੰਦੇ ਸੀ ਉਸ ਮਾਹੌਲ ਨੂੰ ਦੇਖ ਕੇ ਨਾ। ਟ੍ਰੈਂਡਿੰਗ ਦੇ ਵਿੱਚ ਆਉਂਦੇ ਨੇ, ਜਦੋਂ ਆਪਾਂ ਤੀਜਾ ਪੰਜਾਬ ਫਿਲਮ ਦਾ ਟ੍ਰੇਲਰ ਤੁਸੀਂ ਪਾਇਆ ਤੇ ਫਿਲਮ ਦਾ ਟ੍ਰੇਲਰ ਟ੍ਰੈਂਡਿੰਗ ਦੇ ਵਿੱਚ ਗਿਆ, ਉਦੋਂ ਕਿਹੋ ਜਿਹਾ ਸੀਗਾ, ਉਦੋਂ ਮਨ ਦੇ ਵਿੱਚ ਕੀ ਥੋਟ ਆਏ, ਵੀ ਕਿੰਨਾ ਕੁ ਲਾਈਕ ਕੀ ਮਨ ਦੇ ਵਿੱਚ ਵਿਚਾਰ ਸੀਗੇ ਉਦੋਂ? ਦੋ ਗੱਲਾਂ ਹੋਈਆਂ ਜੀ, ਟ੍ਰੈਂਡਿੰਗ ਦੇ ਨਾਲੋਂ ਵੱਧ ਸੀਗਾ ਕਿ ਅਗਲੇ ਦਿਨ ਬਿੱਲ ਵਾਪਸ ਹੋ ਗਏ ਸੀਗੇ, ਉਹਦੀ ਬਹੁਤ ਜ਼ਿਆਦਾ ਖੁਸ਼ੀ ਸੀਗੀ ਟ੍ਰੈਂਡਿੰਗ ਨਾਲੋਂ ਵੀ, ਕਿਉਂਕਿ ਉਹ ਸਿਰਫ ਟ੍ਰੇਲਰ ਨਹੀਂ ਟ੍ਰੈਂਡ ਕਰ ਰਿਹਾ ਸੀ, ਅਸੀਂ ਟ੍ਰੈਂਡ ਕਰ ਰਹੇ ਸੀ ਪੂਰੀ ਦੁਨੀਆ 'ਚ ਉਸ ਵਕਤ। ਮੈਨੂੰ ਲੱਗਦਾ ਸਭ ਦੀ ਜ਼ਮੀਨ ਜਾਊਗੀ, ਕਿਸੇ ਦੀ ਅੱਜ, ਕਿਸੇ ਦੀ ਕੱਲ, ਜਿੰਨਾ ਚਿਰ ਜ਼ਮੀਨ ਲਈ ਇਕੱਠੇ ਹੋ ਕੇ ਲੜੀਏ ਸਿਰ ਤੇ ਮਿਹਰ ਭਰਿਆ ਹੱਥ ਰੱਖੀ। ਐਸਾ ਫਿਲਮ ਦੇ ਵਿੱਚ ਕੋਈ ਬਹੁਤ ਵੱਡਾ ਹੀਰੋ ਨਹੀਂ ਸੀ, ਹਨਾ, ਡੈਫੀਨੇਟਲੀ ਨਿਮਰਤ ਖਹਿਰਾ ਸੀ। ਨਿਮਰਤ ਖਹਿਰਾ ਨੇ ਅੱਜ ਜੋ ਇਸ ਫਿਲਮ 'ਚ ਕਿਰਦਾਰ ਕੀਤਾ ਉਹ ਦੇਖਣ ਯੋਗ ਆ, ਮੇਰੇ ਖਿਆਲ 'ਚ ਬਹੁਤ ਤਾਰੀਫ ਹੈ, ਔਰ ਉਹਨੇ ਬਹੁਤ ਦਿਲੋਂ ਨਿਭਾਇਆ, ਔਰ ਮਤਲਬ ਉਹਨੂੰ ਜੋ ਕਿਹਾ ਗਿਆ ਜਿਵੇਂ ਕਿਹਾ ਗਿਆ ਉਹਨੇ ਉਸ ਤੋਂ 10 ਕਦਮ ਅੱਗੇ ਜਾ ਕੇ ਕੀਤਾ। ਜੇ ਤੁਹਾਨੂੰ ਇੰਨੀ ਕਾਲ ਹੈ ਮੇਰੇ ਘਰ ਵਾਲੀ ਲੋਕਾਂ ਨੂੰ ਵਿਖਾਉਣ ਦੀ ਤਾਂ ਮੇਰੇ ਤੋਂ ਤਲਾਕ ਤਾਂ ਲਓ। ਤਿਆਰ ਰਹੀ ਫਿਆਲ ਦਾ ਕਾਰਡ ਆਇਆ ਲੈ। ਤੇ ਪਾਜੀ ਫਿਲਮ ਦੇ ਦੌਰਾਨ ਪਿਛਲੇ ਦਸੰਬਰ ਤੋਂ ਜਦੋਂ ਫਿਲਮ ਸ਼ੁਰੂ ਹੋਈ ਆ, ਕੋਈ ਐਸਾ ਐਕਸਪੀਰੀਅੰਸ ਹੋਵੇ ਤੁਹਾਡੀ, ਕੋਈ ਮਿੱਠੀ ਯਾਦ ਫਾਰਮ ਆਫ ਪ੍ਰੋਟੈਸਟ ਦੀ ਫਿਲਮ ਨੂੰ ਲੈ ਕੇ, ਜਾਂ ਕਿਸੇ ਵੀ ਤਰੀਕੇ ਦੀ ਚੇਅਰ ਐਕਸਕਲੂਸਿਵ ਤੁਸੀਂ ਪੰਜਾਬੀ ਕੈਂਡੂ ਤੇ ਸ਼ੇਅਰ ਕਰਨੀ ਚਾਹੁੰਦੇ ਹੋ? ਇੱਕ ਮੈਂ ਸ਼ੇਅਰ ਕੀਤੀ ਸੀਗੀ ਕਿ ਇੱਕ ਵਾਰੀ ਤੂਫਾਨ ਆ ਗਿਆ ਸੀਗਾ, ਕਿਉਂਕਿ ਅਬੋਹਰ ਅਸੀਂ ਸੈੱਟ ਲਾਇਆ ਸੀਗਾ, ਸੋ ਬਹੁਤ ਤਾਮ ਝਾਮ ਸੀਗਾ, 100-200 ਟਰੈਕਟਰ ਟਰਾਲੀ ਹੁੰਦਾ, 400-500 ਬੰਦਾ ਹੁੰਦਾ, 20-25 ਦਿਨ ਦਾ ਕੰਮ ਸੀਗਾ, ਤੇ ਉੱਥੇ ਸਾਡਾ ਇਲਾਕਾ ਆਇਆ ਅਬੋਹਰ, ਤੇ ਉੱਥੇ ਮੈਨੂੰ ਪਤਾ ਕਿ ਹਨੇਰੀਆਂ ਤੂਫਾਨ ਹਲੇ ਵੀ ਆਉਂਦੇ ਆ। ਇੱਕ ਰਾਤ ਬਹੁਤ ਤੂਫਾਨ ਆਇਆ ਸੀਗਾ, ਇਹੋ ਜਿਹਾ ਤੂਫਾਨ ਸੀਗਾ ਕਿ ਉਹ ਸਭ ਕੁਛ ਹੀ ਪੱਟ ਕੇ ਲੈ ਗਏ ਸਨ, ਉਹਦੇ 4 ਦਿਨ ਸ਼ੂਟਿੰਗ ਹੋ ਸਕਦੀ ਹਲੇ। ਪਰ ਅਗਲੇ ਦਿਨ 11 ਵਜੇ ਸਵੇਰੇ ਉਹ ਪਿੰਡਾਂ ਦੀ ਮਿਹਨਤ ਤੇ ਕਰਿਊ ਦੀ ਮਿਹਨਤ ਨਾਲ ਉਹ ਸ਼ੂਟਿੰਗ ਸ਼ੁਰੂ ਹੋ ਗਈ ਸੀ, ਤਾਂ ਇੱਕ ਫੀਲ ਆਇਆ ਸੀਗਾ ਕਿ ਜਿਵੇਂ ਧਰਨੇ 'ਚ ਇੱਕ ਜਜ਼ਬਾ ਕੰਮ ਕਰ ਰਿਹਾ ਨਾ, ਜੇ ਉਸ ਪ੍ਰੋਟੈਸਟ ਦੀ ਸ਼ੂਟਿੰਗ ਇੱਥੇ ਹੋ ਰਹੀ ਤਾਂ ਜਜ਼ਬਾ ਉਹ ਵੀ ਉੱਥੇ ਕੰਮ ਕਰ ਰਿਹਾ ਸੀਗਾ। ਸੋ ਸਾਨੂੰ ਕਹਿੰਦੇ ਲੱਗਦਾ ਹੀ ਨਹੀਂ ਸੀ ਕਿ ਅਸੀਂ ਫਿਲਮ ਬਣਾ ਰਹੇ ਹਾਂ, ਗਾਣਾ ਸੁਣ ਲਿਆ, ਬਣਾ ਲਿਆ, ਵੇਖ ਲਿਆ, ਪਰ ਫਾਈਨਲੀ ਸਾਰੇ ਗਾਣੇ ਬਹੁਤ ਸੋਹਣੇ ਆ, ਬਹੁਤ ਨੇੜੇ ਆ ਸਾਡੇ। ਜਿਹੜਾ ਨਿਮਰ ਥੋੜਾ ਨੇ ਗਾਇਆ ਗੱਲਾਂ ਚਾਂਦੀ ਦੀਆਂ, ਉਹ ਵੀ ਬਹੁਤ ਸੋਹਣਾ ਲੱਗਦਾ ਮੈਨੂੰ, ਹਰਮਨ ਦਾ ਲਿਖਿਆ ਗਾਣਾ, ਮੈਨੂੰ 3 ਸਾਲ ਤੋਂ ਮੈਂ ਸਾਂਭ ਕੇ ਰੱਖਿਆ ਸੀਗਾ ਕਿ ਇਹ ਗਾਣਾ ਮੈਨੂੰ ਬਹੁਤ ਚੰਗਾ ਲੱਗਦਾ, ਇਹ ਗਾਣਾ ਮੈਂ ਹੀ ਕਰਨਾ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ? ਮੈਂ ਨਾਪ੍ਰੀਤ ਸੰਧੂ ਪੰਜਾਬੀ ਕੈਂਡੂ ਤੋਂ। ਦੋਸਤੋ, ਜਿਵੇਂ ਆਪਾਂ ਸਾਰੇ ਜਾਣਦੇ ਹਾਂ, COVID-19 ਪੈਂਡਮਿਕ ਚੋਂ ਆਪਾਂ ਉਭਰ ਚੁੱਕੇ ਹਾਂ, ਤੇ ਬਹੁਤ ਸਾਰੀਆਂ ਪੰਜਾਬੀ ਮੂਵੀਜ਼ ਲਾਈਨਡ ਅਪ ਹੋਈਆਂ ਹੋਈਆਂ ਸੀਗੀਆਂ, ਰਿਲੀਜ਼ਿੰਗ ਦੇ ਬਹੁਤ ਨੇੜੇ ਨੇ, ਤੇ ਇੱਕ ਪੰਜਾਬੀ ਫਿਲਮ ਜਿਹੜੀ ਆਪਾਂ ਸਾਰੇ ਜਿਹੜੇ ਪੰਜਾਬੀਆਂ ਦੇ ਦਿਲਾਂ ਦੇ ਬਹੁਤ ਖਾਸ ਹੈ, ਤੀਜਾ ਪੰਜਾਬ। ਅੱਜ ਤੀਜਾ ਪੰਜਾਬ ਫਿਲਮ ਦੀ ਸਟਾਰ ਕਾਸਟ ਅੰਬਰਦੀਪ ਭਾਜੀ ਹੁੜੀ ਸਾਡੇ ਨਾਲ ਨੇ, ਜਿਹੜੇ ਕਿ ਜਿਨ੍ਹਾਂ ਨੇ ਫਿਲਮ ਲਿਖੀ, ਫਿਲਮ ਦੇ ਵਿੱਚ ਐਕਟ ਕੀਤਾ, ਤੇ ਫਿਲਮ ਦੇ ਡਾਇਰੈਕਟਰ ਖੁਦ ਭਾਜੀ ਅੰਬਰਦੀਪ ਹੁੜੀ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਨੇ? ਕੀ ਹਾਲ ਹੈ? ਠੀਕ ਹੈ ਜੀ, ਸਾਰੇ ਵੇਖਣ ਵਾਲਿਆਂ ਨੂੰ, ਸਰੋਤਿਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਹਾਂਜੀ, ਤੇ ਸਭ ਤੋਂ ਪਹਿਲਾਂ ਭਾਜੀ ਸਾਨੂੰ ਇੱਕ ਗੱਲ ਦੱਸੋ ਵੀ ਜਿੱਦਾਂ ਕਿ ਤੁਸੀਂ ਫਿਲਮ ਲਿਖੀ ਆ, ਫਿਲਮ ਦੇ ਵਿੱਚ ਐਕਟ ਕੀਤਾ ਤੇ ਫਿਲਮ ਡਾਇਰੈਕਟ ਕੀਤਾ, ਤੇ ਕਿੰਨਾ ਕੁ ਮੁਸ਼ਕਿਲ ਹੁੰਦਾ ਜਾਂ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਇੰਨੇ ਮਲਟੀ ਟਾਸਕ ਕਰ ਸਕਦੇ ਨੇ, ਕਿਹੋ ਜਿਹਾ ਐਕਸਪੀਰੀਅੰਸ ਹੁੰਦਾ ਤੁਹਾਡਾ ਐਕਟਿੰਗ ਤੋਂ ਲੈ ਕੇ ਰਾਈਟਿੰਗ ਤੋਂ ਲੈ ਕੇ ਡਾਇਰੈਕਸ਼ਨ ਤੱਕ ਦਾ? ਜੀ, ਸਭ ਚੀਜ਼ਾਂ ਸਟੈਪ ਬਾਏ ਸਟੈਪ ਹੁੰਦੀਆਂ ਜੀ। ਪਹਿਲੀ ਗੱਲ ਤਾਂ ਜਦੋਂ ਰਾਈਟਿੰਗ ਕਰਦੇ ਹਾਂ ਉਦੋਂ ਇਹ ਨਹੀਂ ਸੋਚਦੇ ਵੀ ਇਹ ਅੱਗੇ ਐਕਟ ਕਰਨਾ ਜਾਂ ਡਾਇਰੈਕਟ ਕਰਨਾ, ਹਨਾ, ਉਹ ਇੱਕ ਪੜਾਅ ਹੁੰਦਾ ਜਿੱਥੇ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਜ਼ੋਰ ਲੱਗਦਾ, ਇਹ ਲੱਗਣਾ ਵੀ ਚਾਹੀਦਾ। ਤੇ ਜਦੋਂ ਉਹ ਇੱਕ ਚੀਜ਼ ਹੱਥ 'ਚ ਆ ਜਾਂਦੀ ਹੈ, ਮਤਲਬ ਤੁਹਾਨੂੰ ਲੱਗਦਾ ਕਿ ਯਾਰ ਆਹ ਹੁਣ ਅਸੀਂ ਸ਼ੂਟ 'ਤੇ ਜਾ ਸਕਦੇ ਹਾਂ, ਉਹੀ ਸਭ ਤੋਂ ਔਖਾ ਕੰਮ। ਉਹ ਹੋਣ ਤੋਂ ਬਾਅਦ ਡੈਫੀਨੇਟਲੀ ਫਿਜ਼ੀਕਲ ਕੰਮ ਬਹੁਤ ਵੱਧ ਜਾਂਦਾ, ਹਨਾ, ਔਰ ਪੈਸਾ ਲੱਗਣਾ ਸ਼ੁਰੂ ਹੋ ਜਾਂਦਾ। ਪਰ ਜਿਹੜਾ ਮੇਨ ਕੰਮ ਹੈ, ਜਦ ਉਹ ਜਿਹੜੀ ਸਕ੍ਰਿਪਟ ਹੈ, ਉਹਦੀ ਕਹਾਣੀ, ਉਹਦੇ ਸਕ੍ਰੀਨ ਪਲੇ, ਉਹਦੇ ਡਾਇਲੋਗਸ, ਉਹਦੀ ਜਿਹੜੀ ਜਿਹੜੇ ਕਾਸਟਿੰਗ, ਇਹ ਸਭ ਚੀਜ਼ਾਂ ਸਭ ਤੋਂ ਪਹਿਲਾਂ ਆਉਂਦੀਆਂ। ਫਿਰ ਜਦੋਂ ਸੈੱਟ 'ਤੇ ਜਾਈਦਾ ਉਦੋਂ ਜਿਹੜਾ ਡਾਇਰੈਕਸ਼ਨ ਹੈ ਉਹ ਇੱਕ ਟਫ ਜੋਬ ਹੁੰਦੀ ਮੇਰੇ ਲਈ, ਖਾਸ ਕਰਕੇ ਕਿਉਂਕਿ ਮੈਨੂੰ ਥੋੜ੍ਹਾ ਜਿਹਾ ਜਿਵੇਂ ਕਹਿੰਦੇ ਕਿ ਅਸੀਂ ਥੋੜ੍ਹੇ ਜਿਹੇ
ਪਹਿਲਾਂ ਮਿਹਨਤ ਕਰਕੇ ਆਇਆ ਹੁੰਦਾ ਤੇ ਥੋੜਾ ਜਿਹਾ ਨਾ ਜਿਵੇਂ ਸਵੇਰੇ ਉੱਠਣਾ ਔਖਾ ਮੈਨੂੰ। ਹਾਂਜੀ ਤੇ ਉਹ ਮੇਰੇ ਲਈ ਬਹੁਤ ਔਖਾ ਟਾਈਮ ਹੁੰਦਾ ਜਦੋਂ ਡਾਇਰੈਕਸ਼ਨ ਜਿਹੜਾ ਬੰਦਾ ਕਰਦਾ ਉਹਨੂੰ ਸਭ ਤੋਂ ਪਹਿਲਾਂ ਜਾਣਾ ਪੈਂਦਾ। ਪਰ ਐਜ਼ ਐਨ ਐਕਟਰ ਮੈਂ ਇੰਜੋਏ ਕਰਦਾ ਜੀ ਬਹੁਤ ਉਸ ਪ੍ਰੋਸੈਸ ਨੂੰ, ਕਿਉਂਕਿ ਉਹਦਾ ਕੋਈ ਹੋਰ ਬੋਲੂਗਾ ਉਹਨੂੰ ਵੀ ਦੱਸਣਾ ਹੀ ਆ ਵੀ ਏਦਾਂ ਬੋਲਣਾ ਜਾਂ ਏਦਾਂ ਕਰਨਾ, ਤੇ ਫਿਰ ਆਪ ਵੀ ਕਰ ਲਈਦਾ, ਕੋਈ ਉਹਦੇ ਵਿੱਚ ਮੈਨੂੰ ਤਕਲੀਫ ਨਹੀਂ ਆਉਂਦੀ। ਬਹੁਤ ਵਧੀਆ ਭਾਜੀ। ਤੇ ਭਾਜੀ ਤੀਜਾ ਪੰਜਾਬ ਜਿਹੜੀ ਆਪਣੀ ਮੂਵੀ ਆ ਰਹੀ ਆ ਇਹਦਾ ਤੁਸੀਂ ਬੇਸਿਕਲੀ ਜਦੋਂ ਤੁਸੀਂ ਪ੍ਰੋਟੈਸਟ ਦੇ ਉੱਤੇ ਗਏ, ਬੇਸਿਕਲੀ ਆਪਾਂ ਜਦੋਂ ਦੇਖਦੇ ਹਾਂ ਪਿਛਲੇ ਸਾਲ ਦਸੰਬਰ ਤੋਂ ਮੂਵੀ ਬਣਨੀ ਸ਼ੁਰੂ ਹੋਈ, ਜਦੋਂ ਤੁਸੀਂ ਉੱਥੇ ਪ੍ਰੋਟੈਸਟ ਦੇ ਉੱਤੇ ਗਏ ਦਿੱਲੀ ਨਵੰਬਰ 'ਚ ਪ੍ਰੋਟੈਸਟ ਸ਼ੁਰੂ ਹੋਇਆ, ਜਦੋਂ ਤੁਸੀਂ ਦਸੰਬਰ ਮਤਲਬ ਉਸ ਟਾਈਮ ਦੇ ਵਿੱਚ ਉੱਥੇ ਗਏ, ਉਦੋਂ ਕੀ ਫੀਲ ਸੀਗੀ, ਕਿਹੜਾ ਉਹ ਥੋਟ ਸੀਗਾ ਜਾਂ ਕਿਹੜੀ ਐਸੀ ਉੱਤੇ ਘਟਨਾ ਹੋਈ ਜਿਹੜੀ ਸੋਚ ਕੇ ਤੁਹਾਨੂੰ ਲੱਗਿਆ ਵੀ ਇਸ ਕਨਸੈਪਟ ਦੇ ਉੱਤੇ ਲਾਈਕ ਫਿਲਮ ਹੋਣੀ ਚਾਹੀਦੀ ਆ, ਤੇ ਕੁਛ ਇਹੋ ਜਿਹੀਆਂ ਗੱਲਾਂ ਜਿਹੜੀਆਂ ਲੋਕੀ ਮਤਲਬ ਮਿਸ ਕਰਦੇ ਆ ਜਾਂ ਉਹ ਚੀਜ਼ ਦੇ ਉੱਤੇ ਫਿਲਮ ਹੋਣੀ ਚਾਹੀਦੀ ਆ? ਜੀ ਬਿਲਕੁਲ, ਜਦੋਂ ਮੈਂ ਉੱਥੇ ਗਿਆ ਮਤਲਬ ਜਿਸ ਦਿਨ ਮੈਂ ਪਹਿਲੇ ਦਿਨ ਦਾ ਐਕਸਪੀਰੀਅੰਸ ਆ, ਮੈਂ ਉੱਥੇ ਜਦੋਂ ਕੋਈ ਇੰਟਰਵਿਊ ਹੋਈ ਸੀ ਮੈਂ ਉੱਥੇ ਵੀ ਇਹ ਗੱਲ ਸ਼ੇਅਰ ਕੀਤੀ ਸੀਗੀ ਕਿ ਮੈਨੂੰ ਏਦਾਂ ਲੱਗਿਆ ਜਿਵੇਂ ਮੈਂ ਕਿਹੜਾ ਕਦੇ ਸੁਣੇ ਹੋਏ ਪੰਜਾਬ ਚ ਆ ਰਿਹਾ, ਜਿਹਦੇ ਅਸੀਂ ਬਾਰੇ ਗੱਲ ਸੁਣਦੇ ਹਾਂ, ਇਤਿਹਾਸ ਪੜ੍ਹਦੇ ਹਾਂ ਕਿ ਪੰਜਾਬ ਏਦਾਂ ਦਾ ਹੁੰਦਾ ਸੀਗਾ, ਪੰਜਾਬ ਚ ਭਾਈਚਾਰਕ ਕਿਸਾਨ ਸੀਗੀ, ਪੰਜਾਬ ਚ ਲੰਗਰ ਦੀ ਸੇਵਾ ਸੀ, ਮਿਲਵਰਤ ਜਜ਼ਬਾ ਸੀ, ਉਹ ਸਭ ਕੁਛ ਜਦੋਂ ਆਪਣੇ ਅੱਖਾਂ ਰਹੀ ਮਹੀਨੇ ਤੇ ਉਹ ਇੱਕ ਜਿਵੇਂ ਲੂਹ ਕੰਢੇ ਖੜੇ ਹੁੰਦੇ ਸੀ ਉਸ ਮਾਹੌਲ ਨੂੰ ਦੇਖ ਕੇ ਨਾ। ਤੇ ਦੂਜਾ ਮੈਨੂੰ ਇਹ ਲੱਗਦਾ ਸੀਗਾ ਕਿ ਜਿਵੇਂ ਇੱਕ ਪੰਜਾਬ ਬਾਰਡਰ ਤੇ ਇੱਧਰ ਬੈਠਾ, ਦੂਜਾ ਬਾਰਡਰ ਤੇ ਉਧਰ ਬੈਠਾ, ਤੇ ਇਹ ਜਿਹੜਾ ਤੀਜਾ ਬਾਰਡਰ ਤੇ ਬੈਠਾ, ਤੀਜਾ ਇੱਕ ਪੰਜਾਬ ਇਹ ਵੀ ਹੈ ਜਿਹੜਾ ਆਸਟ੍ਰੇਲੀਆ ਚ ਬੈਠਾ, ਕੈਨੇਡਾ ਚ ਬੈਠਾ, ਅਮੈਰੀਕਾ ਚ ਬੈਠਾ। ਤੋ ਇਹ ਕੋਸ਼ਿਸ਼ ਸੀਗੀ ਕਿ ਉਸ ਪੰਜਾਬ ਦੀ ਗੱਲ ਕੀਤੀ ਜਾਵੇ। ਤੇ ਜਦੋਂ ਆਪਾਂ ਇਹ ਜੇ ਕਿਸੇ ਟੌਪਿਕ ਤੇ ਗੱਲ ਕਰਦੇ ਹਾਂ ਤਾਂ ਡੈਫੀਨੇਟਲੀ ਬਹੁਤ ਵੱਡਾ ਟੌਪਿਕ ਹੈ, ਇੱਥੇ ਹਜ਼ਾਰਾਂ ਫਿਲਮਾਂ ਬਣ ਸਕਦੀਆਂ ਹੁੰਦੀਆਂ, ਪਰ ਤੁਸੀਂ ਚੂਜ਼ ਕਰਨਾ ਹੁੰਦਾ ਕਿ ਤੁਸੀਂ ਕੀ ਗੱਲ ਕਰਨੀ। ਤਾਂ ਮੈਨੂੰ ਇਹ ਸੀਗਾ ਕਿ ਜਿਹੜੇ ਸਾਡੇ ਆਗੂ ਨੇ ਉਹ ਤਾਂ ਸਾਡੇ ਹੀਰੋ ਹੈਗੀ ਆ, ਉਹਨਾਂ ਬਾਰੇ ਤਾਂ ਲੋਕ ਪੜ੍ਹਦੇ ਸੁਣਦੇ ਹੈਗੇ ਆ, ਬਟ ਜਿਹੜੇ ਸਾਡੇ ਬੰਦੇ ਜਿਹੜੇ ਅਸਲੀ ਹੀਰੋ ਟਰਾਲੀਆਂ 'ਚ ਬੈਠੇ ਆ, ਉਹ ਆਪਣੇ ਘਰਾਂ ਤੋਂ ਦੂਰ ਬੈਠੇ ਆ, ਪਰਿਵਾਰਾਂ ਤੋਂ ਦੂਰ ਬੈਠੇ ਆ, ਉਹ ਕੀ ਚੱਲ ਰਹੇ ਆ ਜਾਂ ਉਹ ਕਿੱਥੋਂ ਆਏ ਆ, ਉਹ ਕੌਣ ਨੇ, ਹਨਾ, ਉਸ ਇੱਕ ਵਿਸ਼ੇ ਤੇ ਲੈ ਕੇ ਕੁਝ ਕਿਰਦਾਰ ਘੜ ਕੇ ਕਿ ਉਹਨਾਂ ਰਾਹੀਂ ਹੋ ਸਕੇ ਪੂਰੇ ਪੰਜਾਬ ਨੂੰ ਰਿਪ੍ਰੈਜੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਕਿ ਉਹਨਾਂ ਦੀ ਭਾਵਨਾ ਤੇ ਫਿਲਮ ਬਣਾਈ ਹੈ ਕਿ ਉਹ ਧਰਨੇ ਤੋਂ ਪਹਿਲਾਂ ਕਿੱਦਾਂ ਦੇ ਸਨ, ਉਹ ਧਰਨੇ ਜਾ ਕੇ ਕਿੱਦਾਂ ਬਦਲਦੇ ਆ ਜਾਂ ਕੀ ਹੁੰਦਾ, ਹਨਾ। ਹੁਣ ਮੰਨ ਲਓ ਤੁਸੀਂ, ਹੁਣ ਮੈਂ ਗੱਲ ਕਰਦਾ ਜਿਵੇਂ ਵਰਲਡ ਕੱਪ ਹੈ 83 ਤੇ ਫਿਲਮ ਬਣਾਉਣੀ ਤੁਸੀਂ, 83 ਤੇ ਇੱਕ ਫਿਲਮ ਆ ਰਹੀ ਹੈ ਜਿਹਦੇ ਚੋਂ ਵਰਲਡ ਕੱਪ ਜਿੱਤਦਾ ਵਿਖਾ ਰਹੇ ਆ, ਪਰ ਜ਼ਰੂਰੀ ਨਹੀਂ ਕਿ ਹਰ ਫਿਲਮ 83 ਜਿਹੜੀ ਆ ਉਹ ਵਰਲਡ ਕੱਪ ਜਿੱਤਦਾ ਵਿਖਾਉਂਦੀ ਹੋਵੇ। ਇੱਕ 83 ਫਿਲਮ ਇਸ ਗੱਲ ਤੇ ਬਣ ਸਕਦੀ ਹੈ ਕਿ ਇੱਕ ਬੰਦੇ ਨੂੰ ਉਸ ਦਿਨ ਰੇਡੀਓ ਨਹੀਂ ਮਿਲ ਰਿਹਾ, ਹਾਂਜੀ, ਉਹ ਰੇਡੀਓ ਦੀ ਭੱਜ ਦੌੜਾ, ਸਾਰਾ ਦਿਨ ਉਹਦਾ ਮੈਚ ਲੰਘ ਰਿਹਾ, ਉਹਦਾ ਰੇਡੀਓ ਮਿਲ ਨਹੀਂ ਰਿਹਾ, ਮਿਲ ਗਿਆ ਖਰਾਬ ਹੋ ਗਿਆ ਠੀਕ ਕਰਨ। ਸੋ ਇਹ ਤੁਸੀਂ ਸੋਚਣਾ ਵੀ ਤੁਸੀਂ ਉਸ ਪੂਰੇ ਸਿਨੈਰੀਓ ਚੋਂ ਕਿਸ ਵਿਸ਼ੇ ਤੇ ਗੱਲ ਕਰਨੀ ਹੈ। ਸੋ ਮੈਨੂੰ ਇਹ ਲੱਗਿਆ ਕਿ ਮੈਨੂੰ ਇਹ ਗੱਲ ਕਰਨੀ ਚਾਹੀਦੀ ਜੋ ਮੈਂ ਫੀਲ ਕੀਤਾ ਸੀਗਾ ਕਿ ਸਾਡੇ ਪੰਜਾਬ ਨੂੰ ਉੱਡਦਾ ਪੰਜਾਬ ਜੀ, ਹਨਾ, ਹੋਰ ਬੜੀਆਂ ਤੌਮਤਾਂ ਲੱਗ ਰਹੀਆਂ ਸੀਗੀਆਂ, ਔਰ ਕਿਤੇ ਨਾ ਕਿਤੇ ਸਾਡੇ ਅੰਦਰ ਇੱਕ ਨੈਗੇਟਿਵਿਟੀ ਭਾਰੂ ਹੋ ਰਹੀ ਸੀ, ਗੱਲਾਂ ਇਹੋ ਜਿਹੀਆਂ ਹੋ ਰਹੀਆਂ ਸੀ ਪੰਜਾਬ ਨੂੰ ਲੈ ਕੇ। ਜਦਕਿ ਪੰਜਾਬ ਉਹ ਹੈ ਵੀ ਜਦੋਂ ਮੈਂ ਬੰਬੇ ਗਿਆ ਤੇ ਮਾਣ ਨਾਲ ਕਹੀਦਾ, ਮਾਣ ਨਾਲ ਕਹੀਦਾ ਸੀਗਾ ਕਿ ਅਸੀਂ ਪੰਜਾਬੀ ਹਾਂ, ਔਰ ਸਾਹਮਣੇ ਵਾਲਾ ਵੀ ਸਿਰ ਚੜਾਉਂਦਾ ਸੀਗਾ। ਸੋ ਕਿਤੇ ਨਾ ਕਿਤੇ ਅੰਦਰ ਨਾ ਪੇਨ ਸੀਗੀ, ਇਸ ਲਈ ਮੈਂ ਲਵ ਪੰਜਾਬ ਬਣਾਈ ਸੀ ਉਹਨਾਂ ਦਿਨਾਂ 'ਚ ਕਿ ਉੱਡਦਾ ਪੰਜਾਬ ਨਹੀਂ ਹੈ, ਲਵ ਪੰਜਾਬ, ਇਹਨੂੰ ਪਿਆਰ ਕਰੋ, ਹਨਾ, ਆਪਦੀ ਚੀਜ਼ ਨੂੰ ਪਿਆਰ ਕਰਾਂਗੇ ਤਾਂ ਠੀਕ ਵੀ ਕਰ ਸਕਦੇ ਹੁੰਦੇ ਹਾਂ। ਸੋ ਮੈਨੂੰ ਉਹ ਜਿਹੜੀ ਭਾਵਨਾ ਸੀਗੀ ਤੇ ਮੈਂ ਫੀਲ ਕਰ ਰਿਹਾ ਸੀਗਾ ਕਿ ਧਰਨੇ ਦੇ ਵਕਤ ਹਰ ਬੰਦਾ ਕਿਤੇ ਨਾ ਕਿਤੇ ਇਕੱਠਾ ਹੋ ਰਿਹਾ ਸੀ, ਔਰ ਆਪਣੇ ਕੋਈ ਨੈਗੇਟਿਵਿਟੀ ਸੀ ਉਹਨੂੰ ਛੱਡ ਰਿਹਾ ਸੀ, ਸੁਧਰ ਰਹੇ ਸੀ ਲੋਕ। ਸੋ ਇਹ ਫਿਲਮ ਉਹੋ ਜਿਹੇ ਬੰਦਿਆਂ ਦੀ ਹੈ ਜਿਹੜੇ ਧਰਨੇ ਤੋਂ ਪਹਿਲਾਂ ਕੋਈ ਦਾਰੂ ਪੀਂਦਾ, ਕੋਈ ਜਿਹੜਾ ਨੌਜਵਾਨ ਹੈ ਉਹ ਆਪਣੀ ਆਪਣੀ ਮਸ਼ੂਕ ਨੂੰ ਰੋਂਦਾ ਹੈ, ਘਰ ਵਾਲਾ ਘਰ ਵਾਲੀ ਲੜਦੇ ਆ, ਭਰਾਵਾਂ ਚ ਵੱਟ ਦੀ ਲੜਾਈ ਚੱਲੀ ਜਾਂਦੀ, ਜਿਹਦੇ ਚ ਕੀ ਉਹ ਕੋਈ ਤੁਸੀਂ ਫਿਲਮ ਬਣਾਉਂਦੇ ਹੋ ਨਾ, ਉਹਨੂੰ ਐਂਟਰਟੇਨਮੈਂਟ ਦਾ ਖਿਆਲ ਰੱਖਣਾ ਪੈਂਦਾ, ਹਨਾ, ਹਾਂਜੀ ਹਾਂਜੀ। ਔਰ ਸਿਰਫ ਧਰਨਾ ਇੱਕ ਫਿਲਮ ਨਹੀਂ ਹੋ ਸਕਦੀ, ਤੁਹਾਨੂੰ ਬੰਦਿਆਂ ਦੀਆਂ ਜ਼ਿੰਦਗੀਆਂ ਦਿਖਾਉਣੀਆਂ ਪੈਂਦੀਆਂ, ਔਰ ਉਹਦੇ ਵਿੱਚੋਂ ਉਹ ਵੀ ਇੱਕ ਲੋਕ ਰਿਲੇਟ ਕਰਦੇ ਆ, ਸਲਾਹ ਦਿੰਦੇ ਹੈਗੇ ਯਾਰ, ਹਾਂ ਐਂ ਵੱਟ ਪਿੱਛੇ ਲੋਕ ਲੜਦੇ ਆ, ਹਨਾ, ਫਿਰ ਉਹ ਲੋਕ ਜਦੋਂ ਕੋਈ ਮੁਸੀਬਤ ਆਉਂਦੀ ਹੈ ਸਾਡੇ ਪੰਜਾਬੀ ਤਾਂ ਕਿੱਦਾਂ ਇਕੱਠੇ ਹੁੰਦੇ ਆ, ਇਕੱਠੇ ਹੋ ਕੇ ਕਿੱਦਾਂ, ਅੱਜ ਸਾਨੂੰ ਇਸ ਗੱਲ ਤੇ ਮਾਣ ਹੈ ਕਿ ਉਹਨਾਂ ਨੇ ਹਾਕਮ ਨੂੰ ਜਦੋਂ ਲੱਗਦਾ ਨਹੀਂ ਸੀ ਕਿ ਕੋਈ ਝੁਗੂ ਆ, ਉਸ ਵਕਤ ਸਾਡੇ ਪੰਜਾਬ ਦੀ ਗਵਾਹੀ ਅੰਦਰ ਅਸੀਂ ਜਿੱਤ ਪ੍ਰਾਪਤ ਕੀਤੀ ਹੈ,
ਉਹ ਪੰਜਾਬ ਜਿਹਨੂੰ ਉੱਠਦਾ ਪੰਜਾਬ ਕਹਿੰਦੇ ਸਨ। ਸੋ ਇਸ ਧਰਨੇ ਦੀ ਬਹੁਤ ਵੱਡੀ ਪ੍ਰਾਪਤੀ ਹੈ ਸਾਡੇ। ਜੇ ਮੈਂ ਕੱਲ ਪਰਸੋਂ ਕਿਤੇ ਲਿਖਿਆ ਸੀਗਾ ਕਿ ਬਿੱਲ ਵਾਪਸੀ ਤਾਂ ਠੀਕ ਹੈ, ਪਰ ਮੈਨੂੰ ਲੱਗਦਾ ਕਿ ਧਰਨੇ ਨਾਲ ਸਾਡੀ ਕਿਰਦਾਰ ਵਾਪਸੀ ਹੋਈ ਹੈ, ਜਿਸ ਤੋਂ ਅਸੀਂ ਪਛਾਣੇ ਜਾਂਦੇ ਸਾਂ, ਫਿਰ ਪਛਾਣੇ ਜਾਣ ਲੱਗ ਪਿਆ। ਮੈਨੂੰ ਲੱਗਦਾ ਹੁਣ ਫਿਰ ਕਿਤੇ ਜਾਵਾਂਗੇ ਤੇ ਮਾਣ ਨਾਲ ਕਹਿ ਸਕਾਂਗੇ ਅਸੀਂ ਪੰਜਾਬੀ ਹਾਂ, ਔਰ ਸਾਹਮਣੇ ਵਾਲਾ ਝੁੱਕ ਕੇ ਸਤਿਕਾਰ ਨਾਲ ਮਿਲੂਗਾ। ਸੋ ਜਿਹੜੀ ਕਿਰਦਾਰ ਵਾਪਸੀ ਹੈ ਉਹਦੇ ਤੇ ਇਹ ਫਿਲਮ ਹੈ ਕਿ ਤੁਹਾਨੂੰ ਜੇ ਇਹ ਜਿੱਤ ਇਕੱਠੇ ਹੋ ਕੇ ਮਿਲ ਸਕਦੀ ਹੈ ਤਾਂ ਅੱਜ ਤੋਂ ਬਾਅਦ ਹਰ ਜਿੱਤ ਇਕੱਠੇ ਹੋ ਕੇ ਇਕੱਠੇ ਰਹਿ ਕੇ ਮਿਲ ਸਕਦੀ ਹੈ, ਇਹ ਫਿਲਮ ਹੈ। ਹਾਂਜੀ ਤੇ ਭਾਜੀ, ਫਿਲਮ ਦੇ ਨਾਮ ਨੂੰ ਲੈ ਕੇ ਥੋੜੀ ਕਨਫਿਊਜ਼ਨ ਸੀਗੀ, ਕਰਕੇ ਵੀ ਪਹਿਲਾਂ ਫਿਲਮ ਦਾ ਨਾਮ ਕੁਛ ਹੋਰ ਸੀਗਾ ਤੇ ਬਾਅਦ ਚੋਂ ਇਹਦਾ ਤੀਜਾ ਪੰਜਾਬ ਰੱਖਿਆ ਗਿਆ, ਉਹ ਕੀ ਸਟੋਰੀ ਆ ਥੋੜਾ ਜਿਹਾ ਸਾਨੂੰ ਉਹਦੇ ਬਾਰੇ ਵੀ ਦੱਸੋ। ਜੀ ਨਹੀਂ, ਜਦੋਂ ਫਿਲਮ ਸ਼ੁਰੂ ਕੀਤੀ ਹੈ ਉਦੋਂ ਇਹਦਾ ਨਾਂ ਤੀਜਾ ਪੰਜਾਬ ਹੀ ਸੀਗਾ ਜਦੋਂ ਅਸੀਂ ਸ਼ੁਰੂ ਕੀਤੀ ਹੈ। ਹਾਂਜੀ ਉਦੋਂ ਲੋਕਾਂ 'ਚ ਅਸੀਂ ਸਰਵੇ ਕਰਦੇ ਸਾਂ ਵੀ ਕਿਹੜਾ ਨਾਮ, ਪਰ ਮੈਨੂੰ ਹਮੇਸ਼ਾ ਲੱਗਦਾ ਸੀ ਕਿ ਤੀਜਾ ਪੰਜਾਬ ਨਾਮ ਹੈ। ਪਰ ਫਿਲਮ ਚੱਲਦੇ ਚੱਲਦੇ ਜਦੋਂ ਕਈ ਵਾਰੀ ਕੀ ਹੁੰਦਾ ਕਿ ਇਨਫਿਊਸ ਆ ਜਾਂਦਾ ਕਿ ਨਹੀਂ ਜੀ ਇਹ ਟਾਈਟਲ ਲੋਕ ਸ਼ਾਇਦ ਇਸ ਟਾਈਟਲ ਨਾਲ ਫਿਲਮ ਇੱਕ ਨਾ ਆਉਣ, ਹਨਾ ਹੋ ਸਕਦਾ ਉਹ ਜਿਵੇਂ ਇੱਕ ਫਿਲਮ ਆਈ ਸੀ ਕਹਿੰਦੇ ਵੀ ਛੇਵਾਂ ਦਰਿਆ, ਵੀ ਸ਼ਾਇਦ ਲੋਕ ਉੱਦਾਂ ਨਾ ਲੈ ਜਾਣ। ਮੈਂ ਵੀ ਕਿਤੇ ਨਾ ਕਿਤੇ ਉਸ ਉਹਦੇ 'ਚ ਆ ਗਿਆ, ਜਦੋਂ ਤੁਸੀਂ ਫਿਲਮ ਬਣਾਉਂਦੇ ਤੁਸੀਂ ਡਰ ਜਾਂਦੇ ਹੋ ਜਦੋਂ ਬਹੁਤ ਲੋਕ ਕਹਿ ਰਹੇ ਹੋਣ, ਪਰ ਫਾਈਨਲੀ ਜਦੋਂ ਫਿਲਮ ਰਿਲੀਜ਼ ਹੋਣ 'ਤੇ ਆਈ ਤਾਂ ਮੇਰਾ ਮਨ ਨਹੀਂ ਮੰਨ ਰਿਹਾ ਸੀਗਾ। ਸੋ ਮੈਨੂੰ ਇਹ ਵੀ ਕਿਹਾ ਗਿਆ ਕਿ ਨਹੀਂ ਇਹਦਾ ਬੜਾ ਲੋਸ ਹੋਊਗਾ ਕਿਉਂਕਿ ਇੱਕ ਟਾਈਟਲ ਆਲਰੇਡੀ ਲੋਕਾਂ ਨੂੰ ਪਤਾ ਹੈ ਲੋਕਾਂ ਨੂੰ, ਪਰ ਮੈਨੂੰ ਇਹ ਲੱਗਦਾ ਸੀ ਕਿ ਨਹੀਂ ਇਹ ਮੇਰੀ ਫਿਲਮ ਇਹ ਨਹੀਂ ਹੈ, ਮੇਰੀ ਫਿਲਮ ਇੱਕ ਬੰਦੇ ਦੀ ਕਹਾਣੀ ਨਹੀਂ ਹੈ, ਇਹ ਸਮੂਹ ਦੀ ਕਹਾਣੀ ਹੈ। ਤਾਂ ਮੈਨੂੰ ਇਹ ਬਸ ਫਿਰ ਤੀਜਾ ਪੰਜਾਬ ਜੋ ਹੋਊਗਾ ਦੇਖੀ ਜਾਊਗਾ ਕਿ ਕੋਈ ਕੁਛ ਵੀ ਕਹੂਗਾ, ਪਰ ਜੋ ਅੱਜ ਇਸ ਫਿਲਮ ਦਾ ਟਾਈਟਲ ਹੈ ਉਹ ਬਿਲਕੁਲ ਜਾਇਜ਼ ਔਰ ਰਾਈਟ ਟਾਈਟਲ ਹੈ। ਅੱਜ ਚਲੋ ਇਸ ਗੱਲ ਦੀ ਵਿਸ਼ਾ ਹੋ ਸਕਦਾ, ਪਰ ਅੱਜ ਤੋਂ 10 ਸਾਲ ਬਾਅਦ 20 ਸਾਲ ਬਾਅਦ ਕਿਸੇ ਨੂੰ ਨਹੀਂ ਪਤਾ ਹੋਣਾ ਕਿ ਕੋਈ ਹੋਰ ਟਾਈਟਲ ਸੀਗਾ। ਸੋ ਤੀਜਾ ਪੰਜਾਬ ਬਹੁਤ ਅੱਗੇ ਦੀ ਸੋਚ ਕੇ ਰੱਖਿਆ ਗਿਆ। ਹਾਂਜੀ ਭਾਜੀ, ਤੇ ਭਾਜੀ ਜਿੱਦਾਂ ਕਿ ਜਿਹੜੇ ਮੂਵੀਜ਼ ਦੇ ਫਿਲਮਾਂ ਦੇ ਟ੍ਰੇਲਰ ਹੁੰਦੇ ਨੇ ਉਹ ਬਹੁਤ ਘੱਟ ਚਾਂਸ ਹੁੰਦੇ ਨੇ ਟ੍ਰੈਂਡਿੰਗ ਦੇ ਵਿੱਚ ਆਉਂਦੇ ਨੇ, ਜਦੋਂ ਆਪਾਂ ਤੀਜਾ ਪੰਜਾਬ ਫਿਲਮ ਦਾ ਟ੍ਰੇਲਰ ਤੁਸੀਂ ਪਾਇਆ ਤੇ ਫਿਲਮ ਦਾ ਟ੍ਰੇਲਰ ਟ੍ਰੈਂਡਿੰਗ ਦੇ ਵਿੱਚ ਗਿਆ, ਉਦੋਂ ਕਿਹੋ ਜਿਹਾ ਸੀਗਾ, ਉਦੋਂ ਮਨ ਦੇ ਵਿੱਚ ਕੀ ਥੋਟ ਆਏ, ਵੀ ਕਿੰਨਾ ਕੁ ਲਾਈਕ ਕੀ ਮਨ ਦੇ ਵਿੱਚ ਵਿਚਾਰ ਸੀਗੇ ਉਦੋਂ? ਦੋ ਗੱਲਾਂ ਹੋਈਆਂ ਜੀ, ਟ੍ਰੈਂਡਿੰਗ ਦੇ ਨਾਲੋਂ ਵੱਧ ਸੀਗਾ ਕਿ ਅਗਲੇ ਦਿਨ ਬਿੱਲ ਵਾਪਸ ਹੋ ਗਏ ਸੀਗੇ, ਉਹਦੀ ਬਹੁਤ ਜ਼ਿਆਦਾ ਖੁਸ਼ੀ ਸੀਗੀ ਟ੍ਰੈਂਡਿੰਗ ਨਾਲੋਂ ਵੀ, ਕਿਉਂਕਿ ਉਹ ਸਿਰਫ ਟ੍ਰੇਲਰ ਨਹੀਂ ਟ੍ਰੈਂਡ ਕਰ ਰਿਹਾ ਸੀ, ਅਸੀਂ ਟ੍ਰੈਂਡ ਕਰ ਰਹੇ ਸੀ ਪੂਰੀ ਦੁਨੀਆ 'ਚ ਉਸ ਵਕਤ। ਸੋ ਪਰ ਡੈਫੀਨੇਟਲੀ ਟ੍ਰੈਂਡ ਦਾ ਵੀ ਜਿਹੜਾ ਟ੍ਰੇਲਰ ਟ੍ਰੈਂਡ ਕੀਤਾ ਇਹਦਾ ਵੀ ਆਪਣਾ ਮਜ਼ਾ, ਕਿਉਂਕਿ ਜਦੋਂ ਤੁਸੀਂ ਮਿਹਨਤ ਕਰਦੇ ਹੋ ਜੀ ਔਰ ਤੁਹਾਨੂੰ ਕਿਤੇ ਨਾ ਕਿਤੇ ਕੋਈ ਹਲਕਾ ਜਿਹਾ ਅੰਦਰ ਇਹ ਹੁੰਦਾ ਵੀ ਪਤਾ ਨਹੀਂ ਇੰਨੀ ਮਿਹਨਤ ਕੀਤੀ ਹੈ, ਦਿਨ ਰਾਤ ਕੀਤਾ ਕਿ ਖੋਰੇ ਜਦੋਂ ਕਚਹਿਰੀ 'ਚ ਜਾਣਾ ਕੁਛ ਵੀ ਹੋ ਸਕਦਾ ਹੁੰਦਾ, ਕਿਤੇ ਕੁਛ ਲਿਖਿਆ ਤਾਂ ਹੈ ਨਹੀਂ ਵੀ ਆਹ ਚੀਜ਼ ਇੱਦਾਂ ਸਫਲ ਹੀ ਹੋਊਗੀ। ਡੈਫੀਨੇਟਲੀ ਜਦੋਂ ਉਸ ਚੀਜ਼ ਨੂੰ ਐਕਸੈਪਟ ਕੀਤਾ ਗਿਆ ਟ੍ਰੈਂਡਿੰਗ 'ਚ ਆਇਆ, ਬਹੁਤ ਬਹੁਤ ਖੁਸ਼ੀ ਹੋਈ ਕਿਉਂਕਿ ਅਖੀਰ ਮਤਲਬ ਐਸਾ ਫਿਲਮ ਦੇ ਵਿੱਚ ਕੋਈ ਬਹੁਤ ਵੱਡਾ ਹੀਰੋ ਨਹੀਂ ਸੀ, ਹਨਾ ਡੈਫੀਨੇਟਲੀ ਨਿਮਰਤ ਖਹਿਰਾ ਸੀ। ਨਿਮਰਤ ਖਹਿਰਾ ਨੇ ਅੱਜ ਜੋ ਇਸ ਫਿਲਮ 'ਚ ਕਿਰਦਾਰ ਕੀਤਾ ਉਹ ਦੇਖਣ ਯੋਗ ਆ, ਮੇਰੇ ਖਿਆਲ 'ਚ ਬਹੁਤ ਤਾਰੀਫ ਹੈ ਔਰ ਉਹਨੇ ਬਹੁਤ ਦਿਲੋਂ ਨਿਭਾਇਆ, ਔਰ ਮਤਲਬ ਉਹਨੂੰ ਜੋ ਕਿਹਾ ਗਿਆ ਜਿਵੇਂ ਕਿਹਾ ਗਿਆ ਉਹਨੇ ਉਸ ਤੋਂ 10 ਕਦਮ ਅੱਗੇ ਜਾ ਕੇ ਕੀਤਾ, ਔਰ ਮੈਂ ਅੱਗੇ ਵੀ ਕਿਤੇ ਕਿਹਾ ਸੀਗਾ ਕਿ ਉਹਨੂੰ ਇਹ ਕਿਹਾ ਗਿਆ ਕਿ ਸਿਰ 'ਤੇ ਚੁੰਨੀ ਬੰਨਣੀ ਹੈ ਕਿਉਂਕਿ ਜਿਹੜੀ ਘਰ ਵਾਲੀ ਹੈ ਉਹਦਾ ਬਲੱਡ ਵੱਧ ਹੈ, ਤਾਂ ਉਹਨੇ ਇੱਕ ਵਾਰੀ ਵੀ ਨਹੀਂ ਕਿਹਾ ਕਿ ਨਹੀਂ ਸਰ ਮੈਂ ਕਿੱਦਾਂ ਲੱਗੂੰਗੀ ਜਾਂ ਕਿਵੇਂ, ਉਹਨੇ ਚਾਅ ਨਾਲ ਚੁੰਨੀ ਬੰਨੀ ਹੈ। ਸੋ ਇਹ ਜਿਹੀਆਂ ਜੋ ਹੀਰੋਇਨਸ ਆ ਉਹਨਾਂ ਦਾ ਇਸ ਇੰਡਸਟਰੀ ਲਈ ਬਹੁਤ ਸ਼ੁਭ ਸੰਕੇਤ ਆ ਔਰ ਵੈਲਕਮ ਹੈ, ਜੇ ਇੱਦਾਂ ਕੁੜੀਆਂ ਡੈਡੀਕੇਸ਼ਨ ਨਾਲ ਕੰਮ ਕਰਨ ਤਾਂ ਸਾਡੇ ਲਈ ਬਹੁਤ ਵਧੀਆ ਗੱਲ ਹੈ, ਔਰ ਆਉਣ ਵਾਲੀਆਂ ਜਿਹੜੀਆਂ ਨਵੀਆਂ ਕੁੜੀਆਂ ਨੇ ਹੀਰੋਇਨਸ ਨੇ ਉਹਨਾਂ ਲਈ ਬਹੁਤ ਸੋਹਣੀ ਗੱਲ ਹੈ, ਉਹਨਾਂ ਦੇ ਪੇਰੈਂਟਸ ਲਈ ਬਹੁਤ ਸੋਹਣੀ ਗੱਲ ਹੈ ਕਿ ਕੁੜੀਆਂ ਨੂੰ ਚੰਗਾ ਕੰਮ ਕਰਨ ਨੂੰ ਮਿਲੇਗਾ ਸਾਡੀ ਇੰਡਸਟਰੀ 'ਚ। ਸੋ ਔਰ ਸਾਰੇ ਕਲਾਕਾਰਾਂ ਦੀ ਮਿਹਨਤ ਸਦਕਾ ਉਹ ਟ੍ਰੈਂਡਿੰਗ 'ਚ ਆਇਆ, ਉਹ ਚਾਹੇ ਸਾਡੇ ਕਰਮਜੀਤ ਭਾਜੀ, ਹਰਦੀਪ ਭਾਜੀ, ਰਿਸ਼ੀ ਮੈਮ, ਬੱਚਾ, ਸਭ ਦੇ ਮਿਹਨਤ ਨਾਲ। ਹਾਂਜੀ ਤੇ ਜਦੋਂ ਭਾਜੀ ਤੁਸੀਂ ਫਿਲਮ ਦੇ ਉੱਤੇ ਕੰਮ ਕਰ ਰਹੇ ਸੀਗੇ, ਜਦੋਂ ਇਨੀਸ਼ੀਅਲ ਸਟੇਜ ਦੇ ਉੱਤੇ ਤੁਸੀਂ ਫਿਲਮ ਦੇ ਐਕਟਰਸ ਬਾਰੇ ਜਾਂ ਫਿਲਮ ਦੀ ਸਟੋਰੀ ਲਿਖ ਰਹੇ ਸੀਗੇ, ਜਿਹੜਾ ਨਿਮਰਤ ਖੋੜਾ ਦਾ ਰੋਲ ਆ ਫਿਲਮ ਦੇ ਵਿੱਚ, ਤੇ ਮਤਲਬ ਜਦੋਂ ਆਪਾਂ ਦੇਖਦੇ ਹਾਂ ਉਹਨਾਂ ਦੀ ਨੇਚਰ ਤੋਂ ਕੰਪਲੀਟ ਓਪੋਜਿਟ ਰੋਲ ਆ, ਵੀ ਉਹ ਬਹੁਤ ਜ਼ਿਆਦਾ ਉਹਨਾਂ ਨੂੰ ਲਾਊਡ ਹੋਣਾ ਪਿਆ ਤੇ ਉਹਨਾਂ ਦੇ ਕੰਪਲੀਟ ਓਪੋਜਿਟ, ਇੱਕ ਜਿਹੜਾ ਚੰਗਾ ਡਾਇਰੈਕਟਰ ਹੁੰਦਾ ਉਹਨੂੰ ਪਤਾ ਹੁੰਦਾ ਵੀ ਇਸ ਕਲਾਕਾਰ ਦੇ ਅੰਦਰ ਉਹ ਚੀਜ਼ ਕਿਤੇ ਨਾ ਕਿਤੇ ਹੈਗੀ ਆ, ਉਹ ਚੀਜ਼ ਨੂੰ ਆਪਾਂ ਬਾਹਰ ਕੱਢਿਆ ਜਾ ਸਕਦਾ, ਤੇ ਉਹ ਤੁਸੀਂ ਕਿਵੇਂ ਸੋਚ ਕੇ ਲਿਖਿਆ ਜਾਂ ਬਿਹਾਈਂਡ ਦਾ ਸੀਨ ਕੀ ਸੀਗੇ ਕਰਕੇ ਉਦਾਂ ਦੇ ਮਤਲਬ ਜਿਹੜਾ ਤੁਸੀਂ ਕਰੈਕਟਰ ਲਿਖਿਆ ਨਿਮਰਤ ਹੋਰਾਂ ਦਾ? ਜੀ ਉਸ ਤੋਂ ਪਹਿਲਾਂ ਨਾ ਨਿਮਰਤ ਹੋਰਾਂ ਨਾਲ ਮੈਂ ਫਿਲਮ ਕੀਤੀ ਸੀ ਜੋੜੀ,
ਉਦੋਂ ਤੱਕ ਉਸ ਤੋਂ ਪਹਿਲਾਂ ਖੈਰ ਸਭ ਤੋਂ ਪਹਿਲਾਂ ਤਾਂ ਨਿਮਰਤ ਨੇ ਸਾਡੇ ਨਾਲ ਫਿਲਮ ਕੀਤੀ ਸੀਗੀ ਲਾਹੌਰੀ ਤੇ ਲਾਹੌਰੀ ਜੇਕਰ ਡਾਇਲੋਗ ਬੜਾ ਹਿੱਟ ਹੋਇਆ ਸੀਗਾ ਔਰ ਪਿੱਛੇ ਜੇ ਰੀਲਸ ਤੇ ਜਦੋਂ ਟਿਕਟੋਕ ਸੀਗੇ ਜਦੋਂ ਬਹੁਤ ਚੱਲਦਾ ਸੀਗਾ ਕਿ ਨਹਾ ਜਵਾਨ ਚੱਕ ਕੇ ਤੇ ਵੱਡ ਟੱਪ ਜਾਣਾ ਸੋ ਕਿਤੇ ਨਾ ਕਿਤੇ ਉਹ ਕਣ ਉਹ ਅੰਸ਼ ਸੀਗਾ ਨਿਮਰਤ ਚ ਫਿਰ ਜੋੜੀ ਕੀਤੀ ਜੋੜੀ ਚ ਤੋਂ ਪਹਿਲਾਂ ਬਹੁਤ ਸ਼ਾਏ ਸੀ ਬਹੁਤ ਹੀ ਜਰੀ ਕਿਉਂਕਿ ਜਦੋਂ ਕਿਸੇ ਬੰਦੇ ਨੂੰ ਬਹੁਤ ਕਿਹਾ ਜਾਵੇ ਕਿ ਤੂੰ ਪਤਾ ਨੀ ਐਕਟ ਕਰ ਪਾਉਣਾ ਕਿ ਨਹੀਂ ਪਾਉਣਾ ਬੰਦਾ ਕਿਤੇ ਨਾ ਕਿਤੇ ਕੋਨਫੀਡੈਂਸ ਚ ਥੋੜਾ ਲੈਕ ਕਰ ਦਿੰਦਾ ਸਾਰੀ ਗੱਲ ਕੋਨਫੀਡੈਂਸ ਦੀ ਹੈ ਪਰ ਜੋੜੀ ਚ ਉਹਨੇ ਜਦੋਂ ਉਹਨੂੰ ਕੋਨਫੀਡੈਂਸ ਮਿਲਿਆ ਜਦੋਂ ਹਰ ਬੰਦੇ ਨੇ ਤਾਰੀਫ ਕੀਤੀ ਉਹ ਕੁੜੀ ਨੇ ਆਪਣਾ ਆਪਣੇ ਆਪ ਨੂੰ ਪਛਾਣਿਆ ਉਹਨੇ ਹੋਰ ਮਿਹਨਤ ਕੀਤੀ ਫਿਰ ਸੌਂਕੜ ਸੌਂਕੜ ਚ ਉਹਨੇ ਬਹੁਤ ਸੋਹਣਾ ਕਿਰਦਾਰ ਕੀਤਾ ਸੌਂਕਣ ਦਾ ਜਿਹਦੇ ਚ ਬਹੁਤ ਉੱਚੀ ਬੋਲਣਾ ਸੀਗਾ ਪਰ ਉਸ ਤੋਂ ਬਾਅਦ ਫਿਰ ਮੈਨੂੰ ਕੋਈ ਦੋ ਰਾਏ ਨੀ ਸੀ ਮੇਰੇ ਦਿਮਾਗ ਚ ਕਿ ਮੈਨੂੰ ਲੱਗਦਾ ਸੀ ਕਿ ਨਿਮਰਤ ਤੋਂ ਬੈਟਰ ਕੋਈ ਹੋਰ ਬੰਦਾ ਇਸ ਕਿਰਦਾਰ ਨੂੰ ਕਰ ਸਕਦਾ ਕਿਉਂਕਿ ਇੱਕ ਤਾਂ ਜਿਹੜੀ ਸਾਡੇ ਪਿੰਡਾਂ ਚ ਘਰਾਂ ਦੀ ਹਨਾ ਸਾਡੀ ਸੁਆਣੀ ਆ ਉਹ ਨਿਮਰਤ ਬਹੁਤ ਨੇੜੇ ਲੱਗਦੀ ਆ ਉਹਦੀ ਔਰ ਦੂਜਾ ਲੈਂਗੁਏਜ ਬਹੁਤ ਵਧੀਆ ਉਹਦੇ ਤੇ ਤੁਹਾਨੂੰ ਮਿਹਨਤ ਨੀ ਕਰਨੀ ਪੈਣੀ ਹਨਾ ਉਹਦੇ ਸੁਭਾਅ ਚ ਹੈ ਪੰਜਾਬੀ ਉਹ ਜਿਹੜਾ ਨਾ ਸਾਰਾ ਕੁਛ ਤੇ ਉਹ ਬੜਾ ਵਧੀਆ ਡਿਸੀਜਨ ਰਿਹਾ ਸਾਡਾ ਹਾਂਜੀ ਤੇ ਭਾਜੀ ਫਿਲਮ ਦੇ ਦੌਰਾਨ ਪਿਛਲੇ ਦਸੰਬਰ ਤੋਂ ਜਦੋਂ ਫਿਲਮ ਸ਼ੁਰੂ ਹੋਈ ਆ ਕੋਈ ਐਸਾ ਐਕਸਪੀਰੀਅੰਸ ਹੋਵੇ ਤੁਹਾਡੀ ਕੋਈ ਮਿੱਠੀ ਯਾਦ ਫਾਰਮ ਆਫ ਪ੍ਰੋਟੈਸਟ ਦੀ ਫਿਲਮ ਨੂੰ ਲੈ ਕੇ ਜਾਂ ਕਿਸੇ ਵੀ ਤਰੀਕੇ ਦੀ ਚੇਅਰ ਐਕਸਕਲੂਸਿਵ ਤੁਸੀਂ ਪੰਜਾਬੀ ਕੈਂਡੂ ਤੇ ਸ਼ੇਅਰ ਕਰਨੀ ਚਾਹੁੰਦੇ ਹੋਵੋ ਜੀ ਯਾਦਾਂ ਤੇ ਬਹੁਤ ਨੇ ਖੈਰ ਰੋਜ਼ ਹੀ ਕੋਈ ਨਾ ਕੋਈ ਯਾਦ ਬਣਦੀ ਰਹੀ ਹੈ ਫਿਲਮ ਦੇ ਦੌਰਾਨ ਇੱਕ ਮੈਂ ਸ਼ੇਅਰ ਕੀਤੀ ਸੀ ਕਿ ਇੱਕ ਵਾਰੀ ਤੂਫਾਨ ਆ ਗਿਆ ਸੀਗਾ ਕਿਉਂਕਿ ਹੋਰ ਅਸੀਂ ਸੈੱਟ ਲਾਇਆ ਸੀਗਾ ਸੋ ਬਹੁਤ ਤਾਮ ਝਾਮ ਸੀਗਾ 100-200 ਟਰੈਕਟਰ ਟਰਾਲੀ ਹੁੰਦਾ 4-500 ਬੰਦਾ ਹੁੰਦਾ 20-25 ਦਿਨ ਦਾ ਕੰਮ ਸੀਗਾ ਤੇ ਉੱਥੇ ਸਾਡੇ ਸਾਡਾ ਇਲਾਕਾ ਹੈ ਬੋਰ ਤੇ ਉੱਥੇ ਮੈਨੂੰ ਪਤਾ ਕਿ ਹਨੇਰੀਆਂ ਤੂਫਾਨ ਹਲੇ ਹੀ ਆਉਂਦੇ ਆ ਇੱਕ ਰਾਤ ਬਹੁਤ ਤੂਫਾਨ ਆਇਆ ਸੀਗਾ ਇਹੋ ਜਿਹਾ ਤੂਫਾਨ ਸੀਗਾ ਕਿ ਉਹ ਸਭ ਕੁਛ ਪੱਟ ਕੇ ਲੈ ਗਿਆ ਸਾਨੂੰ ਲੱਗਦਾ ਸੀ 4 ਦਿਨ ਸ਼ੂਟਿੰਗ ਨਹੀਂ ਹੋ ਸਕਦੀ ਹਲੇ ਤੇ ਪਰ ਅਗਲੇ ਦਿਨ 11 ਵਜੇ ਸਵੇਰੇ ਉਹ ਪਿੰਡਾਂ ਦੀ ਮਿਹਨਤ ਤੇ ਕਰਿਊ ਦੀ ਮਿਹਨਤ ਨਾਲ ਉਹ ਸ਼ੂਟਿੰਗ ਸ਼ੁਰੂ ਹੋ ਗਈ ਸੀ ਤਾਂ ਇੱਕ ਫੀਲ ਆਇਆ ਸੀਗਾ ਕਿ ਜਿਵੇਂ ਧਰਨੇ 'ਚ ਇੱਕ ਜਜ਼ਬਾ ਕੰਮ ਕਰ ਰਿਹਾ ਨਾ ਜੋ ਉਸ ਪ੍ਰੋਟੈਸਟ ਦੀ ਸ਼ੂਟਿੰਗ ਇੱਥੇ ਹੋਈ ਤਾਂ ਜਜ਼ਬਾ ਉਹ ਵੀ ਉੱਥੇ ਕੰਮ ਕਰ ਰਿਹਾ ਸੀਗਾ ਸੋ ਸਾਨੂੰ ਕਦੇ ਲੱਗਦਾ ਹੀ ਨਹੀਂ ਸੀ ਕਿ ਅਸੀਂ ਫਿਲਮ ਬਣਾ ਰਹੇ ਹਾਂ ਸਾਰੇ ਉਹ ਫੀਲ ਜਿਹੜਾ ਸ਼ੂਟਿੰਗ ਦੌਰਾਨ ਮਤਲਬ ਸ਼ੂਟਿੰਗ ਦੌਰਾਨ ਆਪਣੇ ਆਪ ਹੀ ਕਿਤੇ ਨਾ ਕਿਤੋਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦਾ ਨਾਰਾ ਵੱਜਦਾ ਲੱਗਦਾ ਹੀ ਰਹਿੰਦਾ ਸੀਗਾ ਹਾਂਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਗੱਲ ਆ ਭਾਜੀ ਤੇ ਭਾਜੀ ਫਿਲਮ ਦਾ ਮਿਊਜ਼ਿਕ ਕਿੱਦਾਂ ਦਾ ਕਿਉਂਕਿ ਜਿਹੜਾ ਫਿਲਮਾਂ ਦਾ ਮਿਊਜ਼ਿਕ ਹੁੰਦਾ ਉਹ ਥੋੜਾ ਅਲੱਗ ਤਰੀਕੇ ਦਾ ਹੁੰਦਾ ਪਰ ਜਦੋਂ ਅਸੀਂ ਤੁਹਾਡੀਆਂ ਫਿਲਮਾਂ ਦੇਖਦੇ ਹਾਂ ਅੰਬਰਦੀਪ ਹੋਰਾਂ ਦੀਆਂ ਉਹ ਮਿਊਜ਼ਿਕ ਲੋਕਾਂ ਨੂੰ ਟੱਚ ਕਰਦਾ ਤੇ ਜਿਹੜੀ ਫਿਲਮ ਮਤਲਬ ਤੁਹਾਡੀ ਪਹਿਲੀ ਫਿਲਮ ਬਤੌਰ ਐਕਟਰ ਜਿਹੜੀ ਤੁਸੀਂ ਕੀਤੀ ਸੀ ਉਹਦਾ ਗਾਣਾ 1 ਬਿਲੀਅਨ ਗ੍ਰੋਸ ਕਰ ਗਿਆ ਮਤਲਬ ਪੰਜਾਬੀ ਫਿਲਮ ਇੰਡਸਟਰੀ ਮਿਊਜ਼ਿਕ ਇੰਡਸਟਰੀ ਦਾ ਸਭ ਤੋਂ ਵੱਡਾ ਗਾਣਾ ਉਹ ਵੀ ਤੁਹਾਡੇ ਵੱਲੋਂ ਆਇਆ ਤੇ ਇਸ ਫਿਲਮ ਦਾ ਮਿਊਜ਼ਿਕ ਕਿੱਦਾਂ ਦਾ ਤੇ ਤੁਸੀਂ ਮਿਊਜ਼ਿਕ ਮਤਲਬ ਗਾਣੇ ਚੂਜ਼ ਕਰਨ ਤੋਂ ਪਹਿਲਾਂ ਕੀ ਮਤਲਬ ਪ੍ਰੋਸੈਸ ਚੱਲਦੀ ਹੈ ਮਾਈਂਡ ਪ੍ਰੋਸੈਸ ਕਿੱਦਾਂ ਦੀ ਹੁੰਦੀ ਆ ਮੇਰਾ ਜਿੰਨਾ ਕੁ ਫਿਲਮ ਬਣਾਉਣ ਦਾ ਪ੍ਰੋਸੈਸ ਜਿੰਨਾ ਲੰਬਾ ਜਾਂ ਜਿੰਨਾ ਔਖਾ ਉਨਾ ਹੀ ਸਾਡਾ ਮਿਊਜ਼ਿਕ ਦਾ ਹੁੰਦਾ ਕਿ ਅਸੀਂ ਬਹੁਤ ਗਾਣੇ ਸੁਣਦੇ ਹਾਂ ਔਰ ਤਕਰੀਬਨ 6 ਮਹੀਨੇ ਇਸ ਕੰਮ ਨੂੰ ਦਿੱਤੇ ਗਏ ਨੇ ਕਿ ਗਾਣਾ ਸੁਣ ਲਿਆ ਬਣਾ ਲਿਆ ਵੇਖ ਲਿਆ ਪਰ ਫਾਈਨਲੀ ਸਾਰੇ ਗਾਣੇ ਬਹੁਤ ਸੋਹਣੇ ਆ ਔਰ ਬਹੁਤ ਨੇੜੇ ਆ ਸਾਡੇ ਜਿਹੜਾ ਨਿਮਰਤ ਹੋਰਾਂ ਨੇ ਗਾਇਆ ਗੱਲਾਂ ਚਾਂਦੀ ਦੀਆਂ ਉਹ ਵੀ ਬਹੁਤ ਸੋਹਣਾ ਲੱਗਦਾ ਮੈਨੂੰ ਹਰਮਨ ਦਾ ਲਿਖਿਆ ਗਾਣਾ ਮੈਨੂੰ 3 ਸਾਲ ਤੋਂ ਮੈਂ ਸਾਂਭ ਕੇ ਰੱਖਿਆ ਸੀਗਾ ਕਿ ਇਹ ਗਾਣਾ ਮੈਨੂੰ ਬਹੁਤ ਚੰਗਾ ਲੱਗਦਾ ਇਹ ਗਾਣਾ ਮੈਂ ਹੀ ਕਰਨਾ ਫਿਰ ਜਿਹੜਾ ਬੰਡੀ ਬੈਂਸ ਹੋਰਾਂ ਦਾ ਗਾਣਾ ਜਿਹੜਾ ਕਿ ਸਾਨੂੰ ਵੇਖ ਆਉਂਦਿਆਂ ਨੂੰ ਹਾਕਮ ਥਰ ਥਰ ਕੰਬੂ ਉਹ ਗਾਣਾ ਮੇਰਾ ਫੇਵਰੇਟ ਆ ਉਹ ਸਾਡਾ ਸਾਰਿਆਂ ਦਾ ਫੇਵਰੇਟ ਹੈ ਫਿਰ ਐਮੀ ਵਾਲਾ ਗਾਣਾ ਬਹੁਤ ਸੋਹਣਾ ਸਾਰੇ ਗਾਣੇ ਬਹੁਤ ਸੋਹਣੇ ਕਨਵਰ ਭਾਜੀ ਦਾ ਗਾਣਾ ਜਸਵਿੰਦਰ ਬਰਾੜ ਮੈਮ ਹੋਰਾਂ ਦਾ ਗਾਣਾ ਬਹੁਤ ਅਨਐਕਸਪੈਕਟਡਲੀ ਮੈਨੂੰ ਲੱਗਦਾ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਗਾਣਾ ਹੋ ਗਿਆ ਫਿਰ ਅਮਰ ਸਿੰਘ ਜੀ ਦਾ ਗਾਣਾ ਬਹੁਤ ਸੋਹਣਾ ਜੋ ਬਲੈਕ ਵਾਇਰਸ ਨੇ ਮਿਊਜ਼ਿਕ ਕੀਤਾ ਬਾਕੀ ਸ਼ਾਹ ਜੀ ਨੇ ਕੀਤੇ ਸਾਰੇ ਗਾਣੇ ਆਪਣਾ ਜਸਵਿੰਦਰ ਬਰਾੜ ਮੈਮ ਹੋਰਾਂ ਦਾ ਗਾਣਾ ਚੇਤ ਸਿੰਘ ਇੱਕ ਮੁੰਡਾ ਨਵਾਂ ਹਨਾ ਬਹੁਤ ਟੈਲੈਂਟਡ ਬੱਚੇ ਆ ਨਵੇਂ ਸਾਰੇ ਤੇ ਇਹਨਾਂ ਨੇ ਕੀਤਾ ਜੀ ਸਾਰਿਆਂ ਦੇ ਬਹੁਤ ਇੱਕ ਲੰਬੇ ਪ੍ਰੋਸੈਸ ਚ ਨਿਕਲਿਆ ਔਰ ਜੇ ਤੁਸੀਂ ਫਿਲਮ ਵੇਖੋਗੇ ਤੁਹਾਨੂੰ ਸਾਰੇ ਗਾਣੇ ਬਹੁਤ ਢੁੱਕਵੇਂ ਔਰ ਜਚਵੇਂ ਲੱਗਣਗੇ ਕਿਤੇ ਵੀ ਇਹ ਨਹੀਂ ਲੱਗੂਗਾ ਵੀ ਇਹ ਗਾਣੇ ਦੀ ਲੈਂਗੁਏਜ ਜਾਂ ਇਹਦੀ ਕੋਈ ਕੋਈ ਗੱਲ ਫਿਲਮ ਤੋਂ ਬਾਹਰ ਆ ਸੋ ਉਹ ਗੱਲਾਂ ਸਾਰੀਆਂ ਤਿਆਰ ਰੱਖਿਆ ਗਏ ਕਿ ਜੇ ਮੈਂ ਕਿਰਦਾਰ ਹੈ ਪੇਂਡੂ ਬੰਦੇ ਦਾ ਕਿਰਦਾਰ ਹੈ ਦੇਸੀ ਕਿਰਦਾਰ ਹੈ ਤੇ ਜਿਹੜਾ ਸੈਡ ਗਾਣਾ ਹੈ ਉਹ ਵੀ ਉਸੇ ਅੰਦਾਜ਼ ਦਾ ਹੈ ਉਹ ਬਹੁਤ ਸ਼ਹਿਰੀ ਸੈਡ ਸੌਂਗ ਨਹੀਂ ਹੈ ਕਿ ਵੀ ਅੱਜ ਸ਼ਹਿਰੀ ਸੈਡ ਸੌਂਗ ਬਹੁਤ ਚੱਲਦੇ ਹੈ ਨਾ ਜੀ ਪਰ ਅਸੀਂ ਉਹ ਨਹੀਂ ਕੀਤਾ ਕਿ ਜੀ ਸਾਡੇ ਹਿਸਾਬ ਨਾਲ ਜੋ ਪੇਂਡੂ ਬੰਦਾ ਜਿਸ ਤਰ੍ਹਾਂ ਦੇ
ਸਾਈਕੀ ਦਾ ਮਾਲਕ ਹੈ ਉਦਾਂ ਦਾ ਹੀ ਗਾਣਾ ਹੋਣਾ। ਤੇ ਲਾਸਟ ਦੇ ਵਿੱਚ ਭਾਜੀ ਜਿੱਦਾਂ ਕਿ ਇੰਡੀਆ ਦੇ ਵਿੱਚ ਫਿਲਮ ਰਿਲੀਜ਼ ਹੋ ਚੁੱਕੀ ਆ ਤੇ ਆਸਟ੍ਰੇਲੀਆ ਦੇ ਵਿੱਚ ਹੁਣ ਜਿਹੜਾ ਇਸ ਫਰਾਈਡੇ ਨੂੰ ਫਿਲਮ ਆ ਰਹੀ ਆ ਤੇ ਇੰਡੀਆ ਦੇ ਵਿੱਚ ਕਿਹੋ ਜੀ ਲਾਈਕ ਰਿਸਪੌਂਸ ਰਿਹਾ ਕਿ ਓਵਰਆਲ ਕਿੱਦਾਂ ਦਾ ਤੁਸੀਂ ਦੇਖਿਆ ਤੇ ਆਸਟ੍ਰੇਲੀਆ ਤੇ ਬਾਕੀ ਜਿਹੜੇ ਮੁਲਕਾਂ ਤੋਂ ਕਿਹੋ ਜੀ ਉਮੀਦ ਹੋਊਗੀ ਮਤਲਬ ਅੱਗੇ? ਦੇਖੋ ਜੀ ਜਦੋਂ ਅਸੀਂ ਇਹ ਫਿਲਮ ਸ਼ੁਰੂ ਕੀਤੀ ਸੀਗੀ ਸੋ ਬਣਾਈ ਤੀਜੇ ਪੰਜਾਬ ਦੇ ਸੀ ਜਿਹੜਾ ਬਾਰਡਰ ਤੇ ਬੈਠਾ ਸੀ ਪਰ ਬਣਾਈ ਜਿਹਦੇ ਲਈ ਸੀ ਉਹ ਬਾਰਡਰਾਂ ਤੋਂ ਦੂਰ ਬੈਠਾ ਸੀਗਾ ਯਾਨੀ ਬਾਹਰ ਬੈਠਾ ਸੀਗਾ ਜਿਹੜਾ ਤੀਜਾ ਪੰਜਾਬ। ਸੋ ਸਿਮ ਪਹਿਲੇ ਦਿਨ ਇਹ ਬਹੁਤ ਕਲੀਅਰ ਸੀਗਾ ਕਿ ਇਹ ਜਿਹੜੀ ਫਿਲਮ ਹੈ ਇਹਦੇ ਜਿਹੜੇ ਕੁਝ ਦ੍ਰਿਸ਼ ਨੇ ਜਦੋਂ ਧਰਨਾ ਪੇਸ਼ ਹੁੰਦਾ ਤਾਂ ਇਹ ਜਿਹੜੇ ਸਾਡੇ ਬੰਦੇ ਬਾਹਰ ਨੇ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਆ, ਡੋਨੇਸ਼ਨ ਦਿੱਤੀ ਆ, ਜਜ਼ਬੇ ਭਰੇ ਆ, ਆਪਣੀ ਹਰ ਸਪੋਰਟ ਦਿੱਤੀ ਹੈ ਤੇ ਉਹਨਾਂ ਨੂੰ ਜਿਹੜੇ ਨਹੀਂ ਆ ਸਕੇ, ਕੋਵਿਡ ਦਾ ਟਾਈਮ ਸੀਗਾ ਹਨਾ, ਚਾਹ ਕੇ ਬੰਦੇ ਨਹੀਂ ਆ ਸਕੇ ਕਈ ਵਾਰੀ, ਤਾਂ ਉਹਨਾਂ ਲਈ ਹੀ ਸਪੈਸ਼ਲੀ ਇਹ ਗਿਫਟ ਹੈ ਵੀ ਉਹ ਆਪਣਾ ਬਹਿ ਕੇ ਸਿਨੇਮੇ ਦੇ ਵਿੱਚ ਕਿਤੇ ਨਾ ਕਿਤੇ ਨੇੜਿਓਂ ਉਹ ਚੀਜ਼ਾਂ ਵੇਖ ਸਕਦੇ ਆ। ਅੱਛਾ ਆਹ ਬੰਦੇ ਇੱਦਾਂ ਰਹਿੰਦੇ ਸਨ, ਏਦਾਂ ਉਹਨਾਂ ਨੇ ਵਿਆਹ ਕੀਤੇ, ਏਦਾਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸੋ ਔਰ ਉਹਦੇ ਹਿਸਾਬ ਨਾਲ ਮੈਂ ਦੱਸਾਂ ਕੈਨੇਡਾ ਜਿਹੜਾ ਸਾਡਾ ਸਾਰਾ ਹੀ ਮੇਰੇ ਖਿਆਲ ਸੋਲਡ ਆਊਟ ਗਿਆ, ਫਰਾਈਡੇ ਸੈਟਰਡੇ ਸੰਡੇ ਈਵਨ ਮੰਡੇ ਸਾਡਾ ਹਨਾ, ਔਰ ਵਰਡ ਆਫ ਮਾਊਥ ਬਹੁਤ ਪਿਆਰਾ, ਲੋਕ ਬਹੁਤ ਮੁਹੱਬਤ ਕਰ ਰਹੇ ਨੇ ਫਿਲਮ ਨੂੰ, ਔਰ ਕਿਉਂਕਿ ਇਹ ਕੋਈ ਫਿਲਮ ਵੀ ਨਹੀਂ ਹੈ ਮੈਂ ਕਮਸ ਦੇ ਸ਼ਬਦਾਂ 'ਚ, ਤਾਂ ਮੈਂ ਕੋਈ ਇਹਨੂੰ ਬਹੁਤ ਬਹੁਤ ਡ੍ਰੀਮ ਵਰਲਡ ਵਾਂਗੂ ਨਹੀਂ ਬਣਾਇਆ ਜਿਵੇਂ ਰੀਅਲ ਹੁੰਦਾ ਹਨਾ, ਕੋਈ ਵੀ ਐਂ ਨਾ ਲੱਗੇ ਕਿ ਫਿਲਮੀ ਗੱਲ ਹੋਣੀ ਵੀ ਨਹੀਂ ਚਾਹੀਦੀ ਸੀ। ਸੋ ਮੈਂ ਬਹੁਤ ਇਹ ਬਹੁਤ ਹੀ ਜਿਹੜੀ ਧਰਾਤਲ ਦੇ ਫਿਲਮ ਰੱਖੀ ਹੈ ਵੀ ਇਹਦੇ 'ਚ ਕੋਈ ਐਸੀ ਗੱਲ ਨਾ ਕਰਾਂ ਕਿ ਜਿਹੜੀ ਬੰਦਾ ਕਹੇ ਯਾਰ ਇਹ ਤਾਂ ਹੋ ਹੀ ਨਹੀਂ ਸਕਦੀ। ਸੋ ਫਿਲਮ 'ਚ ਇੱਕ ਵੀ ਗੱਲ ਐਸੀ ਨਹੀਂ ਹੈ ਕਿ ਬੰਦਾ ਕਹੇ ਯਾਰ ਆ ਹੋ ਨਹੀਂ ਸਕਦਾ। ਸੋ ਉਹ ਸਾਰੇ ਉਹਨਾਂ ਨੂੰ ਮੁਹੱਬਤ ਮਿੱਟੀ ਸਾਰੀ ਉਹ ਖੁਸ਼ਬੂ ਆ ਪੰਜਾਬ ਦੀ ਉਹਨਾਂ ਨੂੰ ਪਸੰਦ ਆਈ ਹੈ, ਤੇ ਮੈਨੂੰ ਉਮੀਦ ਆ ਕਿ ਆਸਟ੍ਰੇਲੀਆ ਵਾਲਿਆਂ ਨੂੰ ਵੀ ਬਹੁਤ ਵਧੀਆ ਲੱਗੂਗੀ ਕਿਉਂਕਿ ਆਲਰੇਡੀ ਹਰ ਫਿਲਮ ਨੂੰ ਬਹੁਤ ਪਿਆਰ ਦਿੱਤਾ ਜੀ। ਸੋ ਇੱਕ ਫਿਲਮ ਸੀ ਮੇਰੀ ਭੱਜੋ ਵੀਰੋ, ਉਹ ਵੀ ਮੇਰੇ ਖਿਆਲ 'ਚ ਮੈਨੂੰ ਸਭ ਤੋਂ ਵੱਧ ਜਿੱਥੋਂ ਐਪਰੀਸ਼ੀਏਸ਼ਨ ਮਿਲੀ ਉਹ ਆਸਟ੍ਰੇਲੀਆ ਸੀਗਾ ਭੱਜੋ ਵੀਰੋ ਨੂੰ, ਬਾਅਦ 'ਚ ਖੈਰ ਯੂਟਿਊਬ 'ਤੇ ਬਹੁਤ ਪਸੰਦ ਕੀਤੀ ਗਈ ਪਰ। ਸੋ ਮੈਂ ਉਮੀਦ ਕਰਦਾ ਕਿ ਜੀ ਆਸਟ੍ਰੇਲੀਆ ਔਰ ਅਸੀਂ ਲੇਟ ਜ਼ਰੂਰ ਹੋਏ ਇੱਕ ਹਫ਼ਤਾ, ਉਹਦੇ ਲਈ ਮਾਫ਼ੀ ਆ ਬਿਕੋਜ਼ ਅਸੀਂ ਪ੍ਰਮੋਸ਼ਨ ਵਾਲਾ ਕੰਮ ਦਾ ਸਾਨੂੰ ਟਾਈਮ ਹੀ ਨਹੀਂ ਮਿਲਦਾ, ਅਸੀਂ ਫਿਲਮ 'ਚ ਇੰਨੇ ਉਲਝੇ ਹੁੰਦੇ ਹਾਂ, ਇੰਨੇ ਰੁੱਝੇ ਹੁੰਦੇ ਹਾਂ ਤੇ ਉਹ ਬਸ ਠੀਕ ਕਰਦਿਆਂ ਕਰਦਿਆਂ ਸਵੇ ਸੋਹਣੀ ਬਣਾਉਂਦੇ ਉਹ ਕਿਤੇ ਲੇਟ ਹੋ ਗਈ। ਹਾਂਜੀ ਨਹੀਂ ਭਾਜੀ ਬਹੁਤ ਵਧੀਆ ਜੀ, ਤੁਹਾਡੀ ਫਿਲਮ ਨੂੰ ਬਹੁਤ ਜਿਹੜੀਆਂ ਬੈਸਟ ਵਿਸ਼ਸ, ਸਾਡੀ ਉਮੀਦ ਆ ਵੀ ਕਿਸਾਨੀ ਸੰਘਰਸ਼ ਤੇ ਬਣੀ ਹੋਈ ਫਿਲਮ ਸੁਪਰ ਡੁਪਰ ਹਿੱਟ ਹੋਵੇ ਤੇ ਦੋਸਤੋ ਆਸਟ੍ਰੇਲੀਆ ਵਿੱਚ ਰਹਿੰਦੇ ਪੰਜਾਬੀਆਂ ਨੂੰ ਅਪੀਲ ਆ ਇਸ ਫਰਾਈਡੇ ਮੂਵੀ ਰਿਲੀਜ਼ ਹੋ ਰਹੀ ਆ ਤੇ ਜਿਹੜੇ ਆਸਟ੍ਰੇਲੀਆ ਦੇ ਸਿਨੇਮਾਜ਼ ਦੇ ਲਿਸਟ ਨੇ ਉਹ ਅਸੀਂ ਬਹੁਤ ਜਲਦੀ ਪੰਜਾਬੀ ਲੈਂਗੁਏਜ 'ਤੇ ਪਾਵਾਂਗੇ। ਭਾਜੀ ਲਾਸਟ ਦੇ ਵਿੱਚ ਜੇ ਕੁਛ ਕਹਿਣਾ ਚਾਹੁੰਦੇ ਹੋਵੋ ਜੀ? ਬਸ ਲਾਸਟ ਦੇ ਵਿੱਚ ਇਹੀ ਹੈ ਜੀ ਕਿ ਫਿਲਮ ਦੇਖੋ 9 ਦਸੰਬਰ ਨੂੰ ਆ ਰਹੀ ਹੈ ਤੇ ਸਭ ਤੋਂ ਵਧੀਆ ਗੱਲ ਸਾਨੂੰ ਮੈਂ ਵਧਾਈ ਦੇਣਾ ਚਾਹੁੰਦਾ ਕਿ ਸਾਡੇ ਯੋਧੇ ਜਿੱਤੇ ਆ, ਸਾਨੂੰ ਮਾਣ ਹੈ ਜੋ ਸਾਡਾ ਰੁਤਬਾ ਰਿਹਾ ਉਹ ਅਸੀਂ ਉਹਨਾਂ ਰਾਹੀਂ ਵਾਪਸ ਪਾਇਆ, ਸਾਨੂੰ ਅੱਜ ਪੂਰਾ ਮਾਣ ਹੈ ਕਿ ਜਦੋਂ ਪੂਰੀ ਲਕਾਈ ਸਾਹਮਣੇ ਹਨੇਰਾ ਸੀਗਾ ਇੱਕ ਮੁਲਕ ਦੇ ਵਿੱਚ, ਇਹ ਲੱਗਦਾ ਸੀ ਵੀ ਇੱਥੇ ਹੁਣ ਕੁਛ ਹੋਰ ਹੋ ਹੀ ਨਹੀਂ ਸਕਦਾ, ਉਦੋਂ ਸਾਡੇ ਪੰਜਾਬੀਆਂ ਨੇ ਝੰਡਾ ਚੱਕਿਆ ਤੇ ਆਪਣੇ ਹੱਕ ਜਿਹੜੇ ਆ ਉਹ ਵਾਪਸ ਪ੍ਰਾਪਤ ਕੀਤੇ ਆ ਤੇ ਹੱਕਾਂ ਦੇ ਨਾਲ ਨਾਲ ਬਿੱਲਾਂ ਦੀ ਵਾਪਸੀ ਦੇ ਨਾਲ ਨਾਲ ਮੈਂ ਫਿਰ ਗੱਲ ਦੁਹਰਾਉਣਾ ਕਿ ਅਸੀਂ ਆਪਣੇ ਕਿਰਦਾਰ ਵਾਪਸ ਜਿੱਤੇ ਆ ਜਿਸ ਤੇ ਫਿਲਮ ਵੀ ਹੈ ਕਿ ਕੁਝ ਲੋਕ ਜੋ ਭਟਕੇ ਸਨ ਉਹ ਧਰਨੇ ਰਾਹੀਂ ਕਿੱਦਾਂ ਆਪਣੀ ਜ਼ਿੰਦਗੀ 'ਚ ਵਾਪਸ ਸਹੀ ਰਾਹ 'ਤੇ ਆਉਂਦੇ ਆ। ਤੇ ਸੋ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਇਸ ਇੰਟਰਵਿਊ ਨੂੰ ਪਿਆਰ ਦਿਓਗੇ ਤੇ ਅਸੀਂ ਬਹੁਤ ਜਲਦ ਹੋਰ ਇੰਟਰਵਿਊ ਤੁਹਾਡੇ ਲਈ ਲੈ ਕੇ ਆਵਾਂਗੇ। ਧੰਨਵਾਦ ਭਾਜੀ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ।